ਸ਼ੈਤਾਨ ਜੀ ਨੂੰ ਨੱਥ ਪਾਉਣੀ ਪਏਗੀ, ਹਰ ਚੁਰਾਹੇ ਤੇ ਬਲੀ ਸ਼ੈਤਾਨ ਦੇਣਾ ਪਏਗਾ। ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਦੀਵਿਆਂ ਨੂੰ ਸਦਕ ਦਾ ਪੈਗਾਮ ਦੇਣਾ ਪਏਗਾ। ਸਾਰੇ ਰਲ ਕੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨਾਂ ਨੂੰ ਦਿੱਲੀ ਦੀ ਸਰਹੱਦ ਤੇ ਬੈਠੇ ਪੂਰੇ 6 ਮਹੀਨੇ ਹੋ ਗਏ ਨੇ। ਸਰਕਾਰ ਸਾਡਾ ਸਬਰ ਵੇਖ ਰਹੀ ਹੈ ਤੇ ਅਸੀਂ ਉਹਨਾਂ ਦੀ ਬੇਸ਼ਰਮੀ। ਵੈਸੇ ਕਿੰਨੀ ਬੇਸ਼ਰਮ ਹੈ ਸਰਕਾਰ, ਜਦੋਂ ਕੋਰੋਨਾ ਨਾਲ ਲੜਨਾ ਸੀ ਉਦੋਂ ਮਮਤਾ ਨਾਲ ਲੜ ਰਹੇ ਸੀ, ਜਦੋਂ ਵੈਂਟੀਲੇਟਰਸ ਵਧਾਉਣੇ ਸੀ ਉਦੋਂ ਦਾੜੀ ਵਧਾ ਰਹੇ ਸੀ। ਜਾਗੋ ਮੋਦੀ ਸਾਹਿਬ ਜਾਗੋ, ਹਿੰਦੂ ਖਤਰੇ ਚ ਨੇ, ਹਿੰਦੂਆਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਤਿਰ ਰਹੀਆਂ ਨੇ। ਤੁਸੀਂ ਕਹਿੰਦੇ ਸੀ ਨਾ ਗੰਗਾ ਮਾਂ ਪੁਕਾਰ ਰਹੀ ਹੈ, ਹੁਣ ਵੀ ਗੰਗਾ ਮਾਂ ਪੁਕਾਰ ਰਹੀ ਹੈ। ਮੋਦੀ ਸਾਹਿਬ ਜਾਗੋ, ਹੁਣ ਕਿੱਥੇ ਤੁਹਾਡਾ ਗੋਦੀ ਮੀਡੀਆ ਅਰਨਬ ਗੋਸਵਾਮੀ, ਹੁਣ ਕਿਉਂ ਨੇ ਪੁੱਛਤਾ ਭਾਰਤ ਕੇ ਲਾਸ਼ਾਂ ਕਿਸਕੀ ਹੈ? ਕਿਸਾਨਾਂ ਦੀਆਂ ਲਾਸ਼ਾਂ ਤਾਂ ਤੁਹਾਨੂੰ ਦਿਸੀਆਂ ਨੇ, ਪਰ ਇਹਨਾਂ ਆਮ ਲੋਕਾਂ ਦੀਆਂ ਲਾਸ਼ਾਂ ਤਾਂ ਤੁਸੀਂ ਵੇਖ ਹੀ ਸਕਦੇ ਹੋ। ਤੁਸੀਂ ਸਾਨੂੰ ਅੱਤਵਾਦੀ ਕਹੀ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਕਹਿੰਦੇ ਹੋ, ਉਹ ਵੀ ਇਸ ਕੋਰੋਨਾ ਦੇ ਵਿੱਚ ਸਭ ਤੋਂ ਅੱਗੇ ਆ ਕੇ ਆਕਸੀਜਨ ਦੇ ਲੰਗਰ ਲਾ ਰਹੇ ਨੇ, ਉਹ ਵੀ ਉਸੇ ਨਿਸ਼ਾਨ ਸਾਹਿਬ ਦੇ ਹੇਠ ਜਿਸ ਤੋਂ ਸਰਕਾਰਾਂ ਨੂੰ ਬਹੁਤ ਤਕਲੀਫ ਹੁੰਦੀ ਹੈ। ਇਹਨਾਂ ਜ਼ਮੀਨਾਂ ਦੀ ਮਲਕੀਅਤ ਵੀ ਸਾਨੂੰ ਐਸੇ ਨਿਸ਼ਾਨ ਸਾਹਿਬ ਦੇ ਹੇਠ ਮਿਲੀ ਹੈ। ਇਹ ਜੋ ਲੜਾਈ ਅਸੀਂ ਲੜ ਰਹੇ ਹਾਂ, ਇਹ ਸਿਰਫ ਕਣਕਾਂ ਦੀ ਨਹੀਂ ਅਣਖਾਂ ਦੀ ਵੀ ਲੜਾਈ ਹੈ, ਇਹ ਸਿਰਫ ਜਗੀਰਾਂ ਦੀ ਨਹੀਂ ਜ਼ਮੀਰਾਂ ਦੀ ਵੀ ਲੜਾਈ ਹੈ, ਇਹ ਸਾਡੇ ਹੋਣ ਦੀ ਲੜਾਈ ਹੈ, ਸਾਡੇ ਵਜੂਦ ਦੀ ਲੜਾਈ ਹੈ, ਤੇ ਅਸੀਂ ਲੜਾਂਗੇ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ, ਤੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।